ਫਿਲੌਰ ਦੇ ਕਲਸੀ ਨਗਰ ਚ ਅੱਜ 20-25 ਦੁਕਾਨਾਂ ਅਤੇ ਝੁੱਗੀਆਂ ਸੜ ਗਈਆਂ, ਜਿਸ ਕਾਰਨ ਗਰੀਬ ਲੋਕਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਉੱਥੇ ਜਦੋਂ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਤਾਂ ਸਾਰੀ ਦੁਕਾਨਾਂ ਸੜ ਚੁੱਕੀਆਂ ਸਨ। ਫਿਲੌਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ। ਮੌਕੇ ਤੇ ਜਸਪਾਲ ਕਾਉਂਸਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਗਰੀਬ ਪ੍ਰਵਾਸੀ ਲੋਕ ਆਪਣੀ ਛੋਟੀ ਛੋਟੀ ਦੁਕਾਨਾਂ ਬਣਾ ਕੇ ਰੋਜ਼ਗਾਰ ਚਲਾਉਂਦੇ ਸਨ। ਉੱਥੇ ਪੰਜਾਬ ਸਰਕਾਰ ਤੋਂ ਲੋਕਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਥਾਣਾ ਪ੍ਰਭਾਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਇੱਥੇ ਲੱਗੀ ਅੱਗ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਮੁਹੱਲਾ ਜੋ ਕੋਈ ਬੱਸ ਸਟੈਂਡ ਤੇ ਲੱਗੇ ਆ, ਫਲੋਰ ਫਾਟਕ ਦੇ ਨਜ਼ਦੀਕ ਦਮੂਰੀਆ ਪੁਲ ਦੇ ਕੋਲ, ਮੈਨੂੰ ਹੁਣੇ ਟੈਲੀਫੋਨ ਆਇਆ ਕਰੀਬ ਅੱਧਾ ਘੰਟਾ ਪਹਿਲਾਂ ਵੀ ਕਾਸ਼ੀ ਨਗਰ ਮੁਹੱਲੇ 'ਚ ਮਾਰਕੀਟ ਨੂੰ ਅੱਗ ਲੱਗ ਗਈ ਆ ਅਤੇ ਫਲੋਰ ਪ੍ਰਸ਼ਾਸਨ ਨੂੰ ਟੈਲੀਫੋਨ ਕੀਤਾ, ਐਸ ਐਚ ਓ ਸਾਹਿਬ ਨੂੰ, ਡੀ ਐਸ ਪੀ ਸਾਹਿਬ ਨੂੰ। ਮੇਰੇ ਮੌਕੇ 'ਤੇ ਤੁਰੰਤ ਪੁਲਿਸ ਵੀ ਪਹੁੰਚੀ ਆ ਔਰ ਇਲਾਕਾ ਨਿਵਾਸੀ ਵੀ ਸਾਰੇ ਇਸ ਵੇਲੇ ਇਕੱਠੇ ਹੋਏ ਆ, ਅੱਗ ਬੁਝਾ ਰਹੇ ਆ। ਲੋਕ ਗਰੀਬ ਲੋਕ ਸਾਰੇ ਆਪੋ ਆਪਣਾ ਗੁਜ਼ਾਰਾ ਕਰ ਰਹੇ, ਦੁਕਾਨਾਂ ਪਾ ਕੇ ਨੁਕਸਾਨ ਬੜਾ ਹੋ ਗਿਆ ਅਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਵੀ ਨਾ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਔਰ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਮੁੜ ਨਸੀਬਾ ਇੱਥੇ ਕੀਤਾ ਜਾਵੇ। ਇਹ ਦੁਕਾਨਾਂ ਕੋਈ 25-30 ਦੁਕਾਨਾਂ ਆ ਜਿਹੜੇ ਸੜ ਕੇ ਸੁਆਹ ਹੋ ਗਈਆਂ, ਹੁਣ ਵੀ ਸਾਰੇ ਲੋਕ ਲੱਗੇ ਅੱਗ ਬੁਝਾਉਣ ਦੀ ਰੈਡੀ ਮਾਰ ਹੈਗੇ। ਕੱਪੜੇ ਦੀ ਦੁਕਾਨ ਅਤੇ ਬੈਗ ਵਗੈਰਾ, ਚੱਪਲਾਂ ਔਰ ਸ਼ੋ ਮਾਰਕੀਟ, ਹਰ ਤਰ੍ਹਾਂ ਦਾ ਇੱਥੇ ਲੋਕਾਂ ਦਾ ਸਮਾਨ ਦੁਕਾਨਾਂ ਵਿੱਚ ਪਿਆ ਸੀ ਔਰ ਗਰੀਬ ਲੋਕ ਬੜੇ ਦੇਰ ਤੋਂ ਇੱਥੇ ਬੈਠੇ ਸੀਗੇ। ਬੜਾ ਨੁਕਸਾਨ ਹੋ ਗਿਆ ਇਸ ਘਟਨਾ ਨੇ, ਮੈਂ ਬੜਾ ਦੁੱਖ ਮੰਨਿਆ ਔਰ ਸਾਰਾ ਇਲਾਕਾ ਇਕੱਠਾ ਹੋਇਆ, ਪ੍ਰਸ਼ਾਸਨ ਸਾਰਾ ਇਸ ਵੇਲੇ ਇੱਥੇ ਮੌਜੂਦ ਆ ਔਰ ਸਾਰੇ ਆਪੋ ਆਪਣੇ ਜਦੋਂ ਜਹਦੇ ਨਾਲ ਅੱਗ ਬੁਝਾਉਣ 'ਤੇ ਲੱਗੇ ਆ। ਜਾਂ ਦੇ ਵਿੱਚ ਜਿਹੜੀ ਅੱਗ ਲੱਗੀ ਆ, ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ, ਪਰ ਜਿਹੜੀਆਂ ਛੋਟੀ ਛੋਟੀਆਂ ਮੋਟੀਆਂ ਦੁਕਾਨਾਂ ਸੀ ਨਾ ਉਹਦੇ ਬਣਾਈਆਂ ਨੇ, ਜਿਵੇਂ ਲੋਹੇ ਦੀਆਂ ਟਿੰਨਾਂ ਜੀ ਲਾ ਕੇ ਉਹ ਦੁਕਾਨਾਂ ਦੇ ਵਿੱਚ ਅੱਗ ਲੱਗ ਗਈ ਸੀ। ਅੱਗ ਲੱਗੀ ਪਿੱਛੇ ਲੱਕੜ ਤੋਂ, ਲੱਕੜ ਪਈ ਸੁੱਕੀ ਲੱਕੜ ਦੇ ਵਿੱਚ ਜਾਂ ਕੋਈ ਅੱਗ ਉੱਗ ਲੱਗ ਗਈ, ਉਹਦੇ ਨਾਲ ਅੱਗ ਲੱਗ ਗਈ। ਜਾਨੀ ਨੁਕਸਾਨ ਤੋਂ ਬਚਾਇਆ, ਲੇਕਿਨ ਥੋੜ੍ਹਾ ਮੋਟਾ ਆਮ ਦੁਕਾਨਾਂ ਵਿੱਚ ਜਿਹੜੀਆਂ ਨੁਕਸਾਨ ਜ਼ਰੂਰ ਹੋਇਆ। ਦੁਕਾਨਾਂ ਦੇ ਵਿੱਚ ਜਿਵੇਂ ਛੋਟੀ ਮੋਟੀ ਕਰਿਆਨੇ ਦੁਕਾਨ ਆ ਜਾਂ ਰੈਡੀਮੇਡ ਕੱਪੜੇ ਦੁਕਾਨਾਂ ਜਾਂ ਚੱਪੜਾਂ ਦੀ ਦੁਕਾਨਾਂ ਜਾਂ ਜੁੱਤੀਆਂ ਦੀ ਦੁਕਾਨਾਂ, ਇਹੀ ਦੁਕਾਨਾਂ ਸੀ ਜਿਹਨਾਂ ਨੂੰ ਅੱਗ ਲੱਗੀ ਆ, ਲੇਕਿਨ ਉਹਨਾਂ ਦਾ ਨੁਕਸਾਨ ਹੋਇਆ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀਵੀ, NRI।